ਨਾਰਮਲੀ ਹੁਣ ਕੀ ਹੁੰਦਾ ਹੈ ਅਸੀਂ ਐਜ਼ ਅ ਸੋਸ਼ਲ ਆਰਗੇਨਾਈਜੇਸ਼ਨ ਕੰਮ ਕਰ ਰਹੇ ਹਾਂ ਜਦੋਂ ਦੇ ਲੋਕਡਾਊਨ ਹੋਇਆ ਅਤੇ ਮੈਂ ਜਿੱਥੇ ਵੀ ਅਖਬਾਰ ਜ਼ਰੂਰ 10 ਅਖਬਾਰ ਦੇਖਦੀ ਹਾਂ ਕਿਤੇ ਨਾ ਕਿਤੇ ਜਾਂ ਕੋਈ ਫੋਨ ਆ ਜਾਵੇ ਸਾਰੇ ਫੋਨ ਸੁਣਦੀ ਹਾਂ ਕੋਈ ਲੋੜਵੰਦ ਪਰਿਵਾਰ ਭੁੱਖਾ ਨਾ ਰਹਿ ਜਾਵੇ ਸੋ ਇਹਨਾਂ ਦੀ ਨਿਊਜ਼ ਮੈਂ ਕੱਲ੍ਹ ਪੜ੍ਹੀ ਤਾਂ ਇਮੀਡੀਏਟਲੀ ਮੈਂ ਸੋਚਿਆ ਵੀ ਸਵੇਰੇ ਅਰੇਂਜ ਕਰੋ ਅਸੀਂ ਐਂ ਕਰ ਰਹੇ ਹਾਂ ਹਰ ਪਾਸੇ ਜਿੱਥੋਂ ਆਉਂਦੀ ਹੈ ਸੋ 200 ਪਰਿਵਾਰ ਦਾ ਲਿਖਿਆ ਹੋਇਆ ਸੀ ਫਟਾਫਟ ਤੋਂ ਅਸੀਂ ਅੱਜ ਸਮਾਨ ਲਿਆ ਅਤੇ ਇੱਥੇ ਪਹੁੰਚੇ ਅਸੀਂ ਆਪਣੇ ਪੈਸੇ 'ਚੋਂ ਕਰ ਰਹੇ ਹਾਂ ਜੀ ਅਸੀਂ ਅਰਾਊਂਡ 1.5 ਕਰੋੜ ਰੁਪਇਆ ਸਾਡੇ 10 ਮੈਂਬਰ ਦੀ ਟੀਮ ਹੈ ਅਸੀਂ ਆਪਣੀ ਜੇਬਾਂ 'ਚੋਂ 1.5 ਕਰੋੜ ਦੇ ਰੁਪਏ ਹੁਣ ਤੱਕ ਖਰਚ ਚੁੱਕੇ ਹਾਂ ਪਰ ਸਾਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਬੰਦਾ ਪੰਜਾਬ ਦਾ ਭੁੱਖਾ ਨਹੀਂ ਸੋਣਾ ਚਾਹੀਦਾ ਜਿੱਥੇ ਤੱਕ ਸਾਡੇ ਤੋਂ ਹੋ ਸਕਦਾ ਅਸੀਂ ਆਪਣੀ ਵਾਹ ਲਾ ਦਾਂਗੇ ਵੀ ਕੋਈ ਬੰਦਾ ਭੁੱਖਾ ਨਾ ਰਹੇ ਸਿੱਧੂ ਸਾਹਿਬ ਤੋਂ ਸਾਡੇ ਲੀਡਰ ਹੈ ਜੀ ਪੱਕੇ ਸਭ ਤੋਂ ਪਹਿਲਾਂ ਦਾ ਚੈੱਕ ਉਹਨਾਂ ਤੋਂ ਹੀ ਲਿੱਤਾ ਸੀ ਅਸੀਂ ਅਤੇ ਜਿੱਥੇ ਛੁੜਨਗੇ ਉਹ ਵੀ ਪੈਸੇ ਉਹਨਾਂ ਤੋਂ ਹੀ ਲਵਾਂਗੇ ਸੋ ਜਦੋਂ ਤੱਕ ਬੰਦਾ ਆਪ ਅੱਗੇ ਹੋ ਕੇ ਨਾ ਕਰੇ ਉਹਨਾਂ ਨੇ ਆਪ ਜਾ ਕੇ ਆਪਣੇ ਇਲਾਕੇ ਦੇ ਗਲੀ ਗਲੀ ਵੰਡਿਆ ਇਸ ਲਈ ਕਿ ਲੋਕ ਇਹ ਨਾ ਸੋਚਣ ਵੀ ਇਹ ਭਾਈ ਤਾਂ ਆਪਣੀ MLA ਹੋ ਕੇ ਘਰ 'ਚ ਬੈਠਾ ਸੁਰੱਖਿਅਤ ਅਤੇ ਸਾਨੂੰ ਕਿਤੇ ਬਿਮਾਰੀ ਦੇ ਅੱਗੇ ਭੇਜ ਰਿਹਾ ਦੇਖੋ ਕਾਊਂਸਲਰ ਅਤੇ ਟੀਮ ਤਾਂ ਕੰਮ ਕਰਦੀ ਹੈ ਅਸੀਂ 150 ਬੰਦਿਆਂ ਦੀ ਟੀਮ ਬਣਾਈ ਹੋਈ ਹੈ ਉਹ ਸੜਕਾਂ 'ਤੇ ਹੈ ਅਤੇ ਪਰ ਸਾਡਾ 3 ਲੱਖ ਬੰਦਾ ਘਰਾਂ ਦੇ ਅੰਦਰ ਹੈ ਉਹ ਬਾਹਰ ਨਹੀਂ ਨਿਕਲਿਆ ਅਸੀਂ 2 ਮਹੀਨੇ ਦਾ ਰਾਸ਼ਨ ਉਹਨਾਂ ਨੂੰ ਪ੍ਰੋਵਾਈਡ ਕੀਤਾ ਹਾਊਸ ਟੂ ਹਾਊਸ ਹਰ ਘਰ ਦਾ ਨੰਬਰ ਸਾਡੇ ਕੋਲ ਹੈ ਅੰਮ੍ਰਿਤਸਰ ਈਸਟ ਇਲਾਕੇ 'ਚ ਅਸੀਂ ਕੋਈ ਘਰ ਨਹੀਂ ਛੱਡਿਆ ਜਿੱਥੇ ਅਸੀਂ ਰਾਸ਼ਨ ਨਾ ਪਹੁੰਚਾਇਆ ਹੋਵੇ ਉਸ ਤੋਂ ਬਾਵਜੂਦ ਜਿਹੜਾ ਸਾਡੇ ਕੋਈ ਘਰ ਆ ਜਾਵੇ ਜਾਂ ਸਵੇਰੇ ਅੱਜ ਸਾਨੂੰ ਪਤਾ ਚੱਲਿਆ ਇਹਨਾਂ ਦਾ ਕਿ ਜਿੰਨੇ ਮੰਗਾਂਗੇ ਅਸੀਂ ਉੱਨੇ ਦਿਨ ਆਵਾਂਗੇ ਅੱਜ ਇਹਨੇ ਦਿੱਤੇ ਹੈ ਕੱਲ੍ਹ ਸਾਨੂੰ ਕ੍ਰਿਸਚਨ ਬਿਰਾਦਰੀ ਨੇ ਮੰਗਿਆ 300 ਕੱਲ੍ਹ ਉਹਨਾਂ ਨੂੰ ਦੇਵਾਂਗੇ ਸੋ ਜਿੰਨਾ ਸਾਡੇ ਤੋਂ ਹੋ ਸਕੇ ਅਸੀਂ ਆਪਣੇ ਪੈਸੇ ਕਢਾਉਂਦੇ ਹਾਂ ਥੋੜ੍ਹੇ ਥੋੜ੍ਹੇ ਪਾਉਂਦੇ ਹਾਂ ਅਤੇ ਦੇ ਦਿੰਦੇ ਹਾਂ ਮੈਡਮ ਇਹਦੇ ਨਾਲ ਇਹਨਾਂ ਦਾ ਗੁਜ਼ਾਰਾ ਨਹੀਂ ਹੋਏਗਾ ਤਾਂ ਦੁਬਾਰਾ ਵੀ ਇਹਨਾਂ ਨੂੰ ਸਪੋਰਟ ਕਰੋਗੇ ਬਿਲਕੁਲ ਇਹ ਜਿੰਨੀ ਦੇਰ ਤੱਕ ਕਹਿਣਗੇ ਅਸੀਂ ਉੱਨੀ ਦੇਰ ਤੱਕ ਕਰਾਂਗੇ